ਯੂਸ ਫੀਡਵਰ ਤੋਂ ਆਵਾਗਤ ਹੈ ਪ੍ਰੋਗਰਾਮ ਸੱਚਾ ਸੱਚੇ ਵਿੱਚ ਡਾਕਟਰ ਸਾਹਿਬ ਸਾਡੀ ਅਗਲੀ ਈਮੇਲ ਅਮਰਤ ਸਿੰਘ ਜੀ ਦੀ ਹੈ ਇਹ ਲਿਖਦੇ ਹਨ ਡਾਕਟਰ ਸਾਹਿਬ ਤੇ ਸੱਚਾ ਸੱਚੇ ਦੀ ਸਾਰੀ ਟੀਮ ਨੂੰ ਫਤਿਹ ਬੁਲਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਮੇਰੀ ਪਹਿਲੀ ਈਮੇਲ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਲਈ ਧੰਨਵਾਦ ਜੀ ਤੁਸੀਂ ਬਹੁਤ ਸੋਨਾ ਐਕਸਪਲੇਨ ਕਰਦੇ ਹੋ ਜਿਵੇਂ ਆਪਣੇ ਕਹਿੰਦੇ ਨੇ ਕੋਲ ਕੇ ਦਿਮਾਗ ਵਿੱਚ ਪਾਉਣਾ ਤੁਸੀਂ ਵੀ ਉਸੇ ਤਰ੍ਹਾਂ ਹੋ ਜਿਸ ਤਰ੍ਹਾਂ ਗੂਗਲ ਹੈ ਉਸੇ ਤਰ੍ਹਾਂ ਹੀ ਤੁਹਾਡਾ ਗਿਆਨ ਹੈ ਹਰ ਗੱਲ ਹਰ ਇੱਕ ਇਨਸਾਨ ਨੂੰ ਤੁਹਾਡੇ ਵਾਂਗ ਹੀ ਹੋਣਾ ਚਾਹੀਦਾ ਹੈ ਡਾਕਟਰ ਸਾਹਿਬ ਮੈਂ ਖਾਲਸਤਾਨ ਪੱਖੀ ਸਭ ਦਾ ਸਤਿਕਾਰ ਕਰਦਾ ਹਾਂ ਅਤੇ ਜੋ ਉਸ ਲਈ ਜਦੋਜਾਦ ਕਰ ਰਹੇ ਨੇ ਉਹਨਾਂ ਦਾ ਵੀ ਮੈਂ ਆਪਣੀ ਲਿਖਤ ਵਿੱਚ ਕਿਸੇ ਤੇ ਸਵਾਲ ਨਹੀਂ ਉਠਾਰਿਆ ਬਸ ਇੱਕ ਖਾਲੀ ਕਾਗਜ਼ ਦੀ ਤਰ੍ਹਾਂ ਹਾਂ ਡਾਕਟਰ ਸਾਹਿਬ ਜੀ ਆਪਣੇ ਸਿਮਰਨਜੀਤ ਸਿੰਘ ਮਾਨ ਬਹੁਤ ਕੁਝ ਕਰ ਰਹੇ ਨੇ ਖਾਲਸਤਾਨ ਲਈ ਉਹਨਾਂ ਦੀ ਤਕਰੀਰ ਮੁਰਦੇ ਵਿੱਚ ਜਾਣ ਪਾ ਦੇਵੇ ਪੂਰੀ ਦਲੀਲ ਨਾਲ ਗੱਲ ਕਰਦੇ ਹਨ ਪਰ ਮੈਂ ਉਹਨਾਂ ਦੀ ਇੱਕ ਇੰਟਰਵਿਊ ਪੰਜਾਬ ਦੇ ਕਿਸੇ ਚੈਨਲ ਤੇ ਦੇਖੀ ਸੀ ਉਹਨਾਂ ਕੋਲੋਂ ਪੁੱਛਿਆ ਗਿਆ ਕਿ ਰਾਦਾ ਸਵਾਮੀ ਦਾ ਢਿੱਲੋ ਤੋਂ ਡੇਕਾਰ ਕੀ ਕਰਨਾ ਆਇਆ ਸੀ ਤਾਂ ਮਾਨ ਸਾਹਿਬ ਨੇ ਜਵਾਬ ਦਿੱਤਾ ਕਿ ਫੈਮਲੀ ਮੈਟਰ ਸੀ। ਇਹੀ ਮਾਨ ਸਾਹਿਬ ਗੁਰਦੁਆਰਾ ਸਾਹਿਬ ਟਾਏ ਜਾਨ ਤੋਂ ਬਾਅਦ ਵੀ ਢਿੱਲੋ ਨਾਲ ਮੇਲ ਕਿਉਂ ਰੱਖਦੇ ਨੇ? ਬਸ ਇਹੀ ਕਨਫਿਊਜ਼ਨ ਹੈ ਕਿਉਂਕਿ ਢਿੱਲੋ ਤਾਂ ਸਿੱਖ ਕੌਮ ਵਿਰੋਧੀ ਹੈ। ਦੋ ਹੋਰ ਗੱਲਾਂ ਪੁੱਛਣੀਆਂ ਚਾਹੁੰਦਾ ਹਾਂ ਜੀ ਅਤੇ ਇੱਕ ਹੋਰ ਮੈਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਹਾਂ। ਮੈਂ ਜ਼ਿਆਦਾਤਰ ਦੁਆਬਾ ਸਾਈਡ ਦੇ ਜੁਝਾਰੂ ਸਿੰਘਾਂ ਬਾਰੇ ਪੜਿਆ ਹੈ। ਜ਼ਿਲ੍ਹਾ ਗੁਰਦਾਸਪੁਰ ਬਾਰੇ ਕਦੇ ਨਹੀਂ ਪੜਿਆ। ਇਹ ਕਿਉਂ? ਮੈਂ ਉਹਨਾਂ ਬਾਰੇ ਵੀ ਪੜਨਾ ਚਾਹੁੰਦਾ ਹਾਂ। ਕੀ ਤੁਸੀਂ ਕੋਈ ਵੈੱਬਸਾਈਟ ਜਾਂ ਉਹਨਾਂ ਸੰਗਾਂ ਬਾਰੇ ਦੱਸ ਸਕਦੇ ਹੋ ਮੈਂ ਇਹ ਤਿੰਨੇ ਗੱਲਾਂ ਤੁਹਾਡੇ ਕੋਲੋਂ ਬਹੁਤ ਦੇਰ ਦੀਆਂ ਪੁੱਛਣੀਆਂ ਚਾਹੁੰਦਾ ਸੀ ਪਰ ਸੋਚਦਾ ਸੀ ਕਿ ਤੁਹਾਡਾ ਸਮਾਂ ਨਾ ਬਰਬਾਦ ਹੋਵੇ ਪਰ ਇਹ ਸਵਾਲ ਮੇਰੇ ਦਿਮਾਗ 'ਚ ਪਿਛਲੇ 2 ਸਾਲ ਤੋਂ ਘੁੰਮ ਰਹੇ ਨੇ ਕੋਈ ਬੰਦਾ ਨਹੀਂ ਲੱਭਦਾ ਜਿਸ ਤੇ ਟਰਸਟ ਕਰ ਸਕਾਂ ਕਿਉਂਕਿ ਸੱਚੇ ਬੰਦੇ ਦੀ ਖੋਜ ਕੰਨੀ ਬਹੁਤ ਔਖੀ ਹੈ ਰੱਬ ਤੁਹਾਨੂੰ ਦੇਣ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ੇ ਵੀਰ ਸਣੀ ਜੀ ਦਾ ਸਵਾਗਤ ਹੈ ਮੇਰੇ ਸਾਹਮਣੇ ਹੁੰਦੇ ਤੇ ਗੱਲ ਨਾਲ ਲਾ ਕੇ ਸਵਾਗਤ ਕਰਦਾ ਪਰਮਾਤਮਾ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ ਸਾਡੀ ਜਿੰਦ ਸਾਡੀ ਸ਼ਾਨ ਖਾਲਸਾਤਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜ ਦੀ ਫਤਹਿ ਜੀ ਰੱਬ ਸਰ ਵੀਰ ਅਮਰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਜ਼ਿਲ੍ਹਾ ਗੁਰਦਾਸਪੁਰ ਪੰਜਾਬ ਤੋਂ ਲਿਖੇ ਜੀ ਸਵਾਲ ਉਹਨਾਂ ਦੇ ਤਿੰਨ ਨਹੀਂ ਦੋ ਬਣਦੇ ਨੇ ਦੋ ਤਿੰਨ ਉਹਨਾਂ ਦੇ ਕਮੈਂਟ ਨੇ ਜਿਹੜੇ ਕਿ ਬੜੇ ਫਲੇਟਰਿੰਗ ਨੇ ਜੀ ਉਹਨਾਂ ਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ ਖੋਲ ਕੇ ਦਿਮਾਗ ਚ ਪਾਉਣਾ ਵੀ ਚੰਗਾ ਲੱਗਦਾ ਹੈ ਜੀ ਤੇ ਉਹਨਾਂ ਨੇ ਸਾਨੂੰ ਗੂਗਲ ਵੀ ਬਣਾ ਦਿੱਤਾ ਅਸੀਂ ਵੈਸੇ ਕੁਝ ਨਹੀਂ ਹੈਗੇ ਦੋ ਚਾਰ ਕਿਤਾਬਾਂ ਪੜ੍ਹ ਕੇ ਇਦਨੀਆਂ ਦਨੀਆਂ ਗੱਲਾਂ ਸੁਣਾ ਦੇਈਦਾ ਤੇ ਬਹੁਤ ਇਹਨੂੰ ਲੱਗਣ ਲੱਗ ਜਾਂਦਾ ਹੈ ਗਿਆਨ ਤਾਂ ਬਹੁਤ ਵੱਡੀ ਚੀਜ਼ ਹੈ ਜੀ ਅਕਸਰ ਇਸ ਬਾਰੇ ਮੈਨੂੰ ਜਿਹੜਾ ਸਾਇੰਸ ਦਾ ਨਿਊਟਨ ਹੈ ਉਹਦੀ ਗੱਲ ਬਹੁਤ ਚੰਗੀ ਲੱਗਦੀ ਹੈ ਨਿਊਟਨ ਨੇ ਸਾਇੰਸ ਦਾ ਮੂੰਹ ਮੱਥਾ ਬਦਲ ਕੇ ਰੱਖ ਦਿੱਤਾ ਹੈ ਅੱਜ ਵੀ ਸਾਇੰਸ ਦਾ ਬਹੁਤ ਵੱਡਾ ਹਿੱਸਾ ਜਿਹੜੇ ਪੁਰਾਣੇ ਲਾ ਨਿਊਟਨ ਦੇ ਨੇ ਉਸ ਦੀ ਹੀ ਅੱਗੋਂ ਐਡਵਾਂਸਮੈਂਟ ਹੈ ਜੀ ਤੇ ਜਦੋਂ ਕਿਸੇ ਨੇ ਕਿਸੇ ਸੁਸਾਇਟੀ ਚੋਂ ਸੱਦਿਆ ਗਿਆ ਔਰ ਉਸ ਬਾਰੇ ਇਦਾਂ ਦੇ ਸ਼ਬਦ ਕਹਿ ਗਏ ਜਿਵੇਂ ਕਿ ਸਾਡੇ ਪਿਆਰ ਕਰਨ ਵਾਲੇ ਸਾਡੇ ਸ਼ਰੋਤੇ ਸਾਡੇ ਦਰਸ਼ਕ ਕਹਿੰਦੇ ਨੇ ਜੀ ਤੇ ਨਿਊਟਨ ਨੇ ਉਹਦਾ ਜਵਾਬ ਦਿੱਤਾ ਵੀ ਨਹੀਂ ਇਹ ਜੋ ਤੁਸੀਂ ਕਹਿ ਰਹੇ ਹੋ ਇਹ ਸੱਚ ਨਹੀਂ ਹੈ ਗਿਆਨ ਦਾ ਸਮੁੰਦਰ ਬਹੁਤ ਵੱਡਾ ਸਮੁੰਦਰ ਹੈ ਤੇ ਮੈਂ ਤਾਂ ਆਮ ਪਲੇਇੰਗ ਵਿਦ ਦਾ ਸੈਂਡ ਆਊਟਸਾਈਡ ਦਾ ਸੀ ਆਫ ਨੋਲਿਜ ਕਿ ਕਿ ਸਮੁੰਦਰ ਦੇ ਨਾਲ ਬਹੁਤ ਦੂਰ ਦੂਰ ਤੱਕ ਰੇਤ ਹੁੰਦੀ ਹੈ ਜੀ ਤਾਂ ਉਹਨੇ ਕਿਹਾ ਵੀ ਮੈਂ ਤਾਂ ਅਜੇ ਉਸ ਗਿਆਨ ਦੇ ਸਮੁੰਦਰ ਵਿੱਚ ਵੜਿਆ ਹੀ ਨਹੀਂ ਮੈਂ ਤਾਂ ਉਸ ਰੇਤ ਨਾਲ ਖੇਡ ਰਿਆ ਜਿਹੜੀ ਰੇਤ ਉਸ ਸਮੁੰਦਰ ਦੇ ਕੰਢੇ ਪਈ ਹੁੰਦੀ ਹੈ ਜੀ ਸੋ ਅਸੀਂ ਤਾਂ ਅਜੇ ਰੇਤ ਦੇ ਨੇੜੇ ਵੀ ਨਹੀਂ ਪਹੁੰਚੇ ਅਸੀਂ ਤਾਂ ਪਰਲੀ ਪੱਟੜੀ ਤੇ ਹਾਂ ਸੋ ਇਹ ਸਾਡੇ ਚਾਹਨ ਵਾਲਿਆਂ ਦਾ ਸਾਡੇ ਦਰਸ਼ਕਾਂ ਦਾ ਸ਼ਰੋਤਿਆਂ ਦਾ ਆਪਣਾ ਉੱਚਾਪਨ ਹੈ ਵੱਡਾਪਨ ਹੈ ਕਿ ਉਹ ਸਾਨੂੰ ਪਿਆਰ ਕਰਦੇ ਨੇ ਇਸ ਲਈ ਸਾਡੇ ਚੋਂ ਉਹ ਕਈ ਖੁਸ਼ੀ ਦੇਖ ਲੈਂਦੇ ਨੇ ਜੋ ਅਸੀਂ ਨਹੀਂ ਹੈ ਜੀ ਜੀ ਉਹਨਾਂ ਦੇ ਸਵਾਲ ਮੂਲ ਤੌਰ ਦੇ ਉੱਤੇ ਦੋ ਹੀ ਨੇ ਇੱਕ ਉਹਨਾਂ ਦਾ ਸਰ ਸਮਨਜੀਤ ਸਿੰਘ ਮਾਨ ਉਹਨਾਂ ਦੀ ਗੁਰਿੰਦਰ ਢਿੱਲੋਂ ਰਾਧਾ ਸਵਾਮੀਆ ਦਾ ਜਿਹੜਾ ਮੁਖੀ ਹੈ ਉਸ ਨਾਲ ਸਾਂਝੀ ਦੀ ਗੱਲ ਹੈ ਜੀ ਕਿ ਉਹਨਾਂ ਨੇ ਕਿਸੇ ਇੰਟਰਵਿਊ ਦੇ ਵਿੱਚ ਕਿਹਾ ਕਿ ਉਹਨਾਂ ਨਾਲ ਉਹ ਪਰਿਵਾਰਕ ਸੰਬੰਧ ਨੇ ਇਸ ਲਈ ਉਹਨਾਂ ਦੇ ਘਰ ਆਏ ਜੀ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਵੜੈਚ ਦਾ ਗੁਰਦੁਆਰਾ ਉਹਨੇ ਢਾਇਆ ਤੇ ਫਿਰ ਵੀ ਸਬੰਧ ਰੱਖਣਾ ਇਹ ਕਿੰਨਾ ਕਿ ਜਾਇਜ਼ ਹੈ ਜੀ ਦੇਖੋ ਅਸੀਂ ਅਕਸਰ ਇਹ ਯਤਨ ਕਰਦੇ ਹਾਂ ਕਿ ਅਸੀਂ ਉਹਨਾਂ ਮਸਲਿਆਂ ਦੇ ਵਿੱਚ ਆਪਣੀ ਨਾਂ ਰਾਏ ਦਈਏ ਜਿਨ੍ਹਾਂ ਦੇ ਨਾਲ ਸਾਡੇ ਵੀਰ ਭੈਣਾਂ ਜੁੜੇ ਹੋਏ ਨੇ ਜਿਨ੍ਹਾਂ ਤੇਰਾ ਨਾਲ ਕਈ ਵਾਰ ਉਹਨਾਂ ਦੀ ਲਾਇਲਟੀ ਜਾਂ ਉਹਨਾਂ ਦੀ ਵਫਾਦਾਰੀ ਆਪਣੀ ਧਿਰ ਆਪਣੀ ਪਾਰਟੀ ਨਾਲ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਹ ਕੋਈ ਵੀ ਗੱਲ ਜਿਹਦੇ ਵਿੱਚ ਥੋੜੀ-ਬਹੁਤ ਵੀ ਕ੍ਰਿਟੀਕਲ ਜਾਂ ਆਲੋਚਨਾਤਮਕ ਜਾਂ ਕਈ ਵਾਰ ਉਸ ਦੀ ਐਕਸਪਲੇਨੇਸ਼ਨ ਦੀ ਮੰਗ ਹੋਏ ਜੀ ਉਹਨੂੰ ਉਹ ਨਿੱਜ ਵਿਰੋਧ ਦੇ ਤੌਰ ਤੇ ਦੇਖਦੇ ਨੇ ਅ ਸੋ ਮੈਂ ਸਮਝਦਾ ਹਾਂ ਵੀ ਮੇਰੇ ਕੋਲ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਹੈ ਇਹ ਅ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਕਿਸੇ ਵੀ ਮੁੱਦੇ ਨੂੰ ਅਪਰੋਚ ਕਰਨ ਦੇ ਦੋ ਤਰੀਕੇ ਹੁੰਦੇ ਨੇ ਇੱਕ ਕਨਫਰੋంట్ ਕਰਨਾ ਹੁੰਦਾ ਹੈ ਕਿ ਤੁਸੀਂ ਲਾਈਨ ਖਿੱਚਦੇ ਹੋ ਇੱਕ ਜਿਹੜਾ ਹੁੰਦਾ ਹੈ ਕਿ ਵੀ ਸ਼ਾਇਦ ਤੁਸੀਂ ਉਹਨਾਂ ਨੂੰ ਜਿਹੜੀ ਵਿਰੋਧੀ ਧਿਰ ਹੈ ਉਹਨੂੰ ਤੁਸੀਂ ਪਰਸੂਏਡ ਕਰ ਸਕੋ ਜਾਂ ਉਹਨੂੰ ਮਨਾ ਸਕੋ ਜਾਂ ਉਹਨੂੰ ਬਿਲਕੁਲ ਵਿਰੋਧ ਜਾਣ ਤੋਂ ਰੋਕਦੇ ਆ ਦੂਜੇ ਪਾਸੇ ਲਾ ਸਕੋ ਹੋ ਸਕਦਾ ਹੈ ਮਾਨ ਸਾਹਿਬ ਨੇ ਦੂਸਰੀ ਗੱਲ ਨੂੰ ਜ਼ਿਆਦਾ ਠੀਕ ਸਮਝਿਆ ਹੋਵੇ ਜੀ ਕਿ ਬਜਾਏ ਹਰ ਥਾਂ ਟਕਰਾਅ ਪੈਦਾ ਕਰਨ ਦੇ ਜੇ ਉਸ ਨੂੰ ਬਦਲਿਆ ਜਾ ਸਕਦਾ ਹੈ ਤੇ ਚੰਗੀ ਗੱਲ ਹੈ ਉਹ ਹਰਮੰਦਰ ਸਾਹਿਬ ਮੱਥਾ ਟੇਕਣ ਵੀ ਆਇਆ ਹੈ ਔਰ ਜਿਵੇਂ ਮੈਂ ਉਸ ਨੂੰ ਫੋਲੋ ਤਾਂ ਨਹੀਂ ਕੀਤਾ ਸ਼ਾਇਦ ਵੜੈਚ ਦਾ ਗੁਰਦੁਆਰੇ ਉਹਦਾ ਕੋਈ ਉਦਗਾਟਨ ਵੀ ਹੋਣਾ ਸੀ ਜੀ ਉਹਦੇ ਵਿੱਚ ਈਵਨ ਸੰਤ ਬਲਜੀਤ ਸਿੰਘ ਦਾਦੂਵਾਲ ਦਾ ਵੀ ਸਟੈਂਡ ਇਹੀ ਹੈ ਜਿਹੜਾ ਜਿਵੇਂ ਕੋਆਪਰੇਸ਼ਨ ਲਾਈਨ ਔਰ ਇਹ ਵੀ ਪਤਾ ਲੱਗਾ ਹੈ ਵੀ ਉਹ ਸ਼ਾਇਦ ਕੈਂਸਰ ਤੋਂ ਪੀੜਤ ਹੈ ਗੁਰਿੰਦਰ ਢਿੱਲੋਂ ਔਰ ਉਹਨੇ ਪਹਿਲਾਂ ਆਪਣਾ ਸਤਸੰਗ ਲਾਇਆ ਬਿਆਸਾ ਫਿਰ ਉੱਥੇ ਹੁਕਮਨਾਮਾ ਲਿਆ ਬੜੈਜ ਦੇ ਗੁਜਾਰੇ ਫਿਰ ਆਪਣੇ ਇਲਾਜ ਲਈ ਗਏ ਜੀ ਪਰ ਮੈਂ ਇਸ ਮਾਮਲੇ 'ਚ ਘਟੋ ਘਾਟ ਹਾਲਾਂ ਸਿਆਸੀ ਪੇੜ ਦੇ ਵਿੱਚ ਪੋਲਿਟਿਕਲ ਮੁੱਦੇ ਤੇ ਮੇਰੀ ਪਹੁੰਚ ਉਹੀ ਹੋਏਗੀ ਜਿਹੜੀ ਸੈਕੰਡ ਹੁੰਦੀ ਹੈ ਕਿ ਵੀ ਤੁਸੀਂ ਡੋਰ ਓਪਨ ਰੱਖਦੇ ਹੋ ਪਰ ਧਾਰਮਿਕ ਮੁੱਦੇ ਤੇ ਕਿਸੇ ਤੇ ਵੀ ਜਿੱਥੋਂ ਜਿੱਥੇ ਕਿ ਲਾਈਨ ਬੜੀ ਕਲੀਅਰਲੀ ਸਾਹਮਣੇ ਨਜ਼ਰ ਆ ਰਹੀ ਹੋਏ ਵੀ ਇਹ ਜਿਹੜਾ ਸਾਰਾ ਗੁਰੂ ਧਾਮ ਹੈ ਜੀ ਰਾਧਾ ਸਵਾਮੀ ਦਾ ਵਰਡ ਹੀ ਆਪਣੇ ਆਪ ਦੇ ਵਿੱਚ ਉਹਨਾਂ ਨੇ ਆਪਣੀ ਗ੍ਰੀਟਿੰਗ ਵੀ ਇੱਕ ਤਾਂ ਹੁੰਦਾ ਹੈ ਕਿ ਵੀ ਦੇ ਧਾਰੀ ਗੁਰੂ ਧਮ ਖੜਾ ਕੀਤਾ ਦੂਸਰਾ ਇਹ ਹੈ ਵੀ ਜੇ ਹੁਣ ਸਾਡੀ ਗ੍ਰੀਟਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਜੀ ਸਿੱਖ ਸਿੱਖ ਨੂੰ ਮਿਲਦੇ ਆਂ ਬੁਲਾਉਂਦੇ ਜਿਹੜੇ ਮੋਰ ਆਪਣੇ ਆਪ ਨੂੰ ਥੋੜੇ ਜਿਹਾ ਲਿਬਰਲ ਕਹਿੰਦੇ ਨੇ ਗੈਰ ਸਿੱਖਾਂ ਨੂੰ ਉਹ ਸਤਸ੍ਰੀ ਅਕਾਲ ਕਹਿੰਦੇ ਨੇ ਉਹ ਵੀ ਇੱਕ ਸਿੱਖ ਦਾਇਰੇ ਦਾ ਸਲੋਗਨ ਹੈ ਜੀ ਤੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਰਹਿੰਦੇ ਹੁਣ ਯੂਪੀ ਬਿਹਾਰ ਵਾਲੇ ਤਾਂ ਨਾ ਰਾਧਾ ਸਵਾਮੀ ਉਹ ਨਹੀਂ ਕਹਿੰਦੇ ਰਾਧਾ ਜਿਹੜੀ ਹੈ ਉਹ ਕ੍ਰਿਸ਼ਨ ਦੀ ਜਿਹੜੀ ਹੁਣ ਮੈਂ ਸ਼ਬਦ ਕੀ ਇਸਤੇਮਾਲ ਕਰਾਂ ਉਹਦੀ ਪਤਨੀ ਤਾਂ ਨਹੀਂ ਸੀ ਉਹ ਆਤਮਕ ਦੁਨੀਆ ਚ ਦੁਨਿਆਵੀ ਦੁਨੀਆ ਹੀ ਤੁਸੀਂ ਬੈਲਵਡ ਕਹਿੰਦੇ ਹੋ ਆਤਮਕ ਦੁਨੀਆ ਚ ਹੁਣ ਉਹਨਾਂ ਨੇ ਬਣਾ ਲਿਆ ਕਿ ਜੀ ਉਹ ਜਿਹੜਾ ਸਵਾਮੀ ਹੈ ਉਹ ਭਗਵਾਨ ਹੈ ਤੇ ਰਾਧਾ ਜਿਹੜੀ ਹੈ ਉਹ ਆਤਮਾ ਹੈ ਤੇ ਆਤਮਾ ਪਰਮਾਤਮਾ ਹੈ ਚਲੋ ਉਹਨਾਂ ਨੂੰ ਮੁਬਾਰਕ ਉਹਨਾਂ ਦੀ ਇੰਟਰਪ੍ਰੀਟੇਸ਼ਨ ਬਟ ਜੇ ਤੁਸੀਂ ਈਵਨ ਹਿੰਦੂ ਇਤਿਹਾਸ ਨੂੰ ਵੀ ਵੇਰਵੇ ਦੇ ਨਾਲ ਦੇਖਦੇ ਹੋ ਕਿ ਕ੍ਰਿਸ਼ਨ ਜੀ ਦੀ ਪਤਨੀ ਜਿਹੜੀ ਰੁਕਮਣੀ ਸੀ ਜਾਂ ਉਹਦੇ ਭਰਾ ਜਾਂ ਉਹ ਪਰਿਵਾਰ ਨੇ ਕਿਵੇਂ ਇਸ ਸਾਰੇ ਨੂੰ ਡੀਲ ਕੀਤਾ ਔਰ ਗੁਰੂ ਸਾਹਿਬ ਨੇ ਵੀ ਉਹਦੀ ਟੈਸਟੀਮਨੀ ਦਿੱਤੀ ਹੈ ਕਿ ਜਿਹਦੇ ਵਿੱਚ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਫਰਮਾਇਆ ਕਿ ਬਿੰਦਰਾਬਨ ਮੇ ਰੰਗ ਕੀ ਹੈ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੇ ਰੰਗ ਕੀ ਹੈ ਹੁਣ ਉਹ ਪਾਰ ਜਾਤ ਕੋਣ ਇਹ ਰੰਗ ਕਰਨ ਦਾ ਕੀ ਮਤਲਬ ਹੈ ਮੈਂ ਉਹਦੇ ਵੇਰ ਵਿੱਚ ਨਹੀਂ ਜਾਵਾਂਗਾ ਜੀ ਸੋ ਜ਼ਾਹਰ ਹੈ ਕਿ ਹੁਣ ਇਹਨਾਂ ਦਾ ਪੰਜਾਬ 'ਚ ਬੈਠ ਕੇ ਈਵਨ ਗ੍ਰੀਟਿੰਗ ਇਹ ਕਹਿਣਾ ਕਿ ਜੀ ਇੱਕ ਦੂਜੇ ਨੂੰ ਮਿਲਣਾ ਹੈ ਰਾਧਾ ਸੁਆਮੀ ਨੇ ਜੀ ਜੀ ਗੁਰੂ ਗ੍ਰੰਥ ਸਾਹਿਬ ਤੋਂ ਵੱਖਰਾ ਤੁਸੀਂ ਆਪਣਾ ਗੁਰੂ ੜਾ ਮਕਾਨ ਦੇ ਵਿੱਚ ਮੰਤਰ ਦਿੰਦੇ ਹੋ ਹਾਂ ਜੇ ਕਿਸੇ 'ਚ ਚੇਂਜ ਆਫ ਹਾਰਟ ਹੈ ਕਿਸੇ ਦੇ ਦਿਲ 'ਚ ਤਬਦੀਲੀ ਹੈ ਤਾਂ ਪਹਿਲਾ ਪੌੜਾ ਇਹ ਹੁੰਦਾ ਚੰਗੀ ਗੱਲ ਹੈ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਜੇ ਉਹਨਾਂ ਨੇ ਅਕਾਲ ਤਖਤੇ ਵੀ ਮੱਥਾ ਟੇਕਿਆ ਜੀ ਤੇ ਫਿਰ ਕੋਈ ਵੀ ਜਿਹੜਾ ਬੰਦਾ ਗੁਰੂ ਧੰਮ ਚ ਚਲਾ ਗਿਆ ਉਹਦਾ ਇੱਕੋ ਇੱਕ ਤਰੀਕਾ ਹੈ ਅਕਾਲ ਤਖਤ ਸਾਹਿਬ ਤੇ ਜਾਂ ਕਿਤੇ ਵੀ ਪੰਜਾ ਸਿੰਘਾਂ ਤੋਂ ਅੰਮ੍ਰਿਤ ਦੀ ਦਾਤ ਲੈ ਕੇ ਅੰਮ੍ਰਿਤਧਾਰੀ ਸਿੰਘ ਦੇ ਤੌਰ ਤੇ ਸਾਹਮਣੇ ਆਓ ਸਾਰੇ ਗੁਨਾਹ ਮਾਫ ਲੈ ਜੀ ਜੀ ਪਰ ਜੇ ਤੁਸੀਂ ਇਹ ਕਹੋ ਜੀ ਤੁਸੀਂ ਸਿੱਖਾਂ 'ਚੋਂ ਆਪਣੀ ਦੁਸ਼ਮਣੀ ਘਟਾਉਣ ਦੇ ਲਈ ਮਾੜਾ ਮੋਟਾ ਇਸ ਕਿਸਮ ਦਾ ਵੀ ਕੋਈ ਡਰਾਮਾ ਕਰ ਲੈਣਾ ਪਰ ਆਪਣਾ ਤੁਸੀਂ ਉਹ ਗੁਰੂ ਧੰਮ ਵੀ ਜਾਰੀ ਰੱਖਣਾ ਤੇ ਆਪਣਾ ਉਹ ਰਾਧਾ ਸੁਆਮੀ ਕਲਚਰ ਵੀ ਕਾਇਮ ਰੱਖਣਾ ਤੇ ਫਿਰ ਇਹ ਨਹੀਂ ਹੈ ਇਹ ਘਟੋ ਘਟ ਧਾਰਮਿਕ ਪੱਖ ਤੋਂ ਮੈਂ ਸਮਝਦਾ ਹਾਂ ਵੀ ਇਹ ਪਾਰਟ ਐਕਸੈਪਟੇਬਲ ਨਹੀਂ ਹੈ ਜੀ ਅ ਦੂਸਰੀ ਗੱਲ ਸਿੰਘ ਨੇ ਬਰਦਾਸ਼ਪੁਰ ਜ਼ਿਲ੍ਹੇ ਬਾਰੇ ਕਿਹਾ ਹੈ ਕਿ ਜੀ ਅਕਸਰ ਜਿਹੜੀ ਜੁਝਾਰੂਆਂ ਦਾ ਜ਼ਿਕਰ ਹੁੰਦਾ ਹੈ ਉਹਦੇ ਵਿੱਚ ਜ਼ਿਆਦਾ ਦੁਆਬੇ ਜਾਂ ਦੂਸਰੇ ਰੀਜਨ ਦੇ ਹੁੰਦੇ ਨੇ ਦੇਖੋ ਪਹਿਲਾਂ ਤਾਂ ਮੈਂ ਸਮਝਦਾ ਹਾਂ ਵੀ ਹਰ ਸਿੰਘ ਜਾਂ ਸਿੰਘਣੀ ਜਿਨੇ ਪੰਥ ਦੇ ਲਈ ਕੌਮੀ ਆਣਣਖ ਦੇ ਲਈ ਸ਼ਹੀਦੀ ਪਾਈ ਹੈ ਕੌਮ ਦੇ ਰਸਤੇ ਤੇ ਤੁਰੇ ਨੇ ਜੀ ਉਹਨਾਂ ਨੂੰ ਅਸੀਂ ਇਲਾਕਿਆਂ ਦੀ ਵਲਗਣ ਦੇ ਵਿੱਚ ਜਾਂ ਜਾਤ ਪਾਤ ਦੀ ਵਲਗਣ ਦੇ ਵਿੱਚ ਸ਼ਰੱਕੇ ਨਾਂ ਵੰਡਿਏ ਜੀ ਸਮੁੱਚੇ ਖਾਲਸਾ ਪੰਥ ਚੋਂ ਮਾਝਾ ਮਾਲਵਾ ਦੁਆਬਾ ਪੰਜਾਬ ਚੋਂ ਹਰਿਆਣੇ ਚੋਂ ਇਵਨ ਜੰਮੂ ਕਸ਼ਮੀਰ ਚੋਂ ਬਹੁਤ ਸਾਰੇ ਸਿੰਘ ਸੰਗਣੀਆਂ ਇਸ ਫੀਲਡ ਚ ਆਏ ਨੇ ਸ਼ਹਾਦਤਾਂ ਪਾਈਆਂ ਜੇਲਾਂ ਕੱਟੀਆਂ ਅੱਜ ਵੀ ਜੇਲਾਂ ਦੇ ਵਿੱਚ ਬੰਦ ਨੇ ਪਰ ਮੈਂ ਸੁਣਿਆ ਹੈ ਵੀ ਗੁਰਦਾਸਪੁਰ ਅੰਮ੍ਰਿਤਸਰ ਜ਼ਿਲ੍ਹੇ ਇਸ ਪੱਖ ਤੋਂ इवन 84 ਤੋਂ ਵੀ ਪਹਿਲਾਂ ਬਹੁਤ ਸਾਰੇ ਜਿਹੜੇ ਸੰਤ ਪਿੰਡਾਂ ਵਾਲਿਆਂ ਦਾ ਸਾਥ ਦੇਣ ਵਾਲੇ ਔਰ ਇਸ ਪੱਖੋਂ ਸੀ ਸਭ ਤੋਂ ਪਹਿਲਾਂ ਮਾਝੇ ਦੇ ਵਿੱਚ ਇਸ ਲਹਿਰ ਨੇ ਪੂਰੇ ਜ਼ੋਰ ਦੇ ਨਾਲ ਜਿਹੜਾ ਉਹ ਆਪਣਾ ਖਾਲਸਾਈ ਕਮਾਲ ਦਿਖਾਇਆ ਔਰ ਸੰਘਰਸ਼ ਦੇ ਦੌਰਾਨ ਵੀ ਇੱਕ ਪੀਰੀਅਡ ਸੀ ਕਿ ਤਰਨਤਾਰਨ ਦੀ ਜਿਹੜੀ ਬੈਲਟ ਹੈ ਸਾਰੇ ਉਹਨੂੰ ਕਹਿੰਦੇ ਮਿੰਨੀ ਖਾਲਸਤਾਨ ਸੀ ਗੁਰਦਾਸਪੁਰ ਜ਼ਿਲ੍ਹੇ ਚੋਂ ਇਹਨੇ ਯੋਧੇ ਆਏ ਨੇ ਉਹਨਾਂ ਦੇ ਵਿੱਚ ਜੇ ਹੁਣ ਅਸੀਂ ਉਸ ਗੱਭਰੂ ਜਗਰਾਜ ਸਿੰਘ ਜਿਹਨੂੰ ਤੂਫਾਨ ਸਿੰਘ ਕਰਕੇ ਜਾਣਿਆ ਜਾਂਦਾ 14-15 ਸਾਲ ਦੀ ਉਮਰ ਚ ਇਸ ਪਾਸੇ ਆਂਦੇ ਔਰ ਜਦੋਂ ਉਹਨੂੰ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ ਤੇ ਇਲਾਕੇ ਦੇ ਸੈਂਕੜੇ ਹਿੰਦੂਆਂ ਨੇ ਜਾ ਕੇ ਥਾਣਾ ਘੇਰਿਆ ਕਿ ਭਾਈ ਇਹ ਯੋਧਾ ਸੀ ਇਹਨੇ ਤਾਂ ਸਾਨੂੰ ਇਲਾਕਾ ਛੱਡਣ ਨਹੀਂ ਦਿੱਤਾ ਇਸ ਦੀ ਅਸੀਂ ਜਿਹੜੀ ਆ ਉਹ ਡੈਡ ਬੋਡੀ ਲੈਣੀ ਸੋ ਇਹ ਨਹੀਂ ਹੈ ਸੋ ਇਹ ਉਹ ਇਡੇ ਵੱਡੇ ਵੱਡੇ ਜਰਨੈਲ ਔਰ ਸੈੰਗੂਸ ਰਾਕੇ ਜੋ ਆਏ ਨੇ ਸੋ ਇਸ ਬਾਰੇ ਬਹੁਤ ਸਾਰਾ ਵੈਬਸਾਈਟ ਤਾਂ ਕੋਈ ਸਪੈਸਿਫਿਕ ਮੈਂ ਤੁਹਾਨੂੰ ਨਹੀਂ ਮੈਂਸ਼ਨ ਕਰ ਸਕਦਾ ਪਰ ਜੇ ਤੁਸੀਂ ਪੰਜਾਬ ਦੇ ਵਿੱਚ ਜਿਹੜੇ ਮੈਗਜ਼ੀਨ ਜਿਵੇਂ ਫਤਿਹ ਨਾਮਾ ਵੰਗਾਰ ਹੈ ਇਹ ਤੁਸੀਂ ਪੜ੍ਹੋ ਜੇ ਲਗਾਤਾਰਤਾ ਨਾਲ ਜੀ ਤੇ ਉਹਨਾਂ ਦੇ ਵਿੱਚ ਖਾਸ ਤੌਰ ਤੇ ਵੀਰ ਸਰਜੀਤ ਸਿੰਘ ਘੁਮਾੜ ਨੇ ਬੜੀ ਚੰਗੀ ਸੇਵਾ ਕੀਤੀ ਹੈ ਕਿ ਬਹੁਤ ਸਾਰੇ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੀਆਂ ਮਾਤਾਵਾਂ ਧਰਮ ਪਤਨੀਆਂ ਸਿੰਘਣੀਆਂ ਦੇ ਨਾਲ ਬੱਚਿਆਂ ਦੇ ਨਾਲ ਇੰਟਰਵਿਊ ਕੀਤੇ ਨੇ ਸੋ ਬਹੁਤ ਸਾਰਾ ਜਿਹੜਾ ਵੀਰਵਾ ਹੁਣ ਇੰਟਰਨੈਟ ਦੇ ਉੱਤੇ ਅਵੇਲੇਬਲ ਹੈ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹਿਆਂ ਦੀ ਜਿਹੜੀ ਇਸ ਪੱਖੋਂ ਜਵਾਨੀ ਜਿਹਦਾ ਕਹਾਣਤ ਹਕੂਮਤ ਨੇ ਕੀਤਾ ਗੁਰਦਾਸਪੁਰ ਦਾ ਸੁਮੇਤ ਸੈਣੀ ਜੀ ਜਿਹੜਾ ਹੁਣ ਡੀਜੀਪੀ ਲੱਗਾ ਉਹਨੇ ਇੰਨਾ ਜ਼ੁਲਮ ਕਰਕੇ ਉਥੇ ਇੰਨੇ ਨੌਜਵਾਨ ਸ਼ਹੀਦ ਕੀਤੇ ਨੇ ਉਸ ਤੋਂ ਪਹਿਲਾਂ ਗੋਬਿੰਦ RAM ਜਿਸ ਨੇ ਇਹ ਐਲਾਨ ਕੀਤਾ ਸੀ ਉੱਥੇ ਕਹਿ ਕੇ ਇਲਾਕੇ ਦੇ ਪੰਚਾਂ ਸਰਪੰਚਾਂ ਨੂੰ ਕਿ ਜੀ ਗੁਰੂ ਗੋਬਿੰਦ ਸਿੰਘ ਨੇ ਇੱਕ ਅੰਮ੍ਰਿਤ ਦਿੱਤਾ ਸੀ ਤੇ ਉਹ ਉਸਨੇ ਆਪਣਾ ਯੂਰੇਨਿਕ ਪਾਚ ਇੱਕ ਭਾਂਡੇ ਚ ਪਾ ਕੇ ਉਹਨਾਂ ਨੂੰ ਕਹਿਣਾ ਜਨਾਂ ਨੂੰ ਕਿ ਇਹ ਪੀਓ ਗੋਬਿੰਦ RAM ਦਾ ਅੰਮ੍ਰਿਤ ਪੀਓ ਸੋ ਉਹਨੂੰ ਜਿਹੜੀ ਸਜ਼ਾ ਦਿੱਤੀ ਉਸ ਦੇ ਉਸ ਦੇ ਬੇਟੇ ਨੂੰ ਉਹਨੂੰ ਇਹ ਸਮਝਾਣ ਦੇ ਲਈ ਕਿ ਭਾਈ ਜਿਨ੍ਹਾਂ ਦੇ ਪੁੱਤਰ ਤੂੰ ਮਾਰ ਰਿਹਾ ਉਹ ਕਿਸ ਹਾਲਤ 'ਚ ਨੇ ਔਰ ਫਿਰ ਜਿਵੇਂ ਉਹਨੂੰ ਜਿਹੜੀ ਐ ਸਜ਼ਾ ਦਿੱਤੀ ਗੋਬਿੰਦ RAM ਨੂੰ ਉਹਦੇ ਜਿਹੜਾ ਤੁਖਾ ਮੋੜਿਆ ਸੋ ਇਹ ਸਾਰਾ ਇਹ ਸਾਰੀ ਬੈਲਟ ਜਿਹੜੀ ਹੈ ਬੜੀ ਅਣਖੀ ਬਾਣਕ ਸਿੱਖੀ ਨੂੰ ਪਰਨਾਏ ਹੋਏ ਜਿਹੜੇ ਉਸ ਗੁਰੂ ਦੇ ਪਿਆਰੇ ਨੇ ਸਿੰਘ ਸਿੰਘਣੀਆਂ ਨੇ ਉਹਨਾਂ ਦੀ ਬੈਲਟ ਹੈ ਔਰ ਪੰਜਾਬ ਪਰਚ ਪ੍ਰੇਰਣਾ ਸ਼ੁਰੂਆਤੀ ਦੌਰ ਸਭ ਤੋਂ ਜ਼ਿਆਦਾ ਸਪੋਰਟ ਉੱਥੋਂ ਨਿਕਲੀ ਫਿਰ ਸਾਰੇ ਪੰਜਾਬ ਪਰਚੋਂ ਸਮੁੱਚੇ ਸਿੱਖ ਪੰਥ ਦੀ ਦੇਣ ਹੈ ਸੋ ਮੇਰਾ ਖਿਆਲ ਹੈ ਵੀ ਤੁਸੀਂ ਵੀ ਆਪਣੇ ਇਸ ਜ਼ਿਲ੍ਹਿਆਂ ਦੀ ਵਰਗਣ ਚੋਂ ਨਿਕਲ ਕੇ ਇਹਨਾਂ ਨੂੰ ਵੰਤ ਦੇ ਵਿਚ ਜਹਾਰੂ ਨੇ ਇਹ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ ਜੀ ਔਰ ਖੀਰ ਦੇ ਵਿੱਚ ਉਹਨਾਂ ਨੇ ਵੀਰ ਸੰਨੀ ਦੀ ਤਾਰੀਫ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੀ ਸਾਡੇ ਲਈ ਤਾਂ ਬੇਟਾ ਹੈ ਜੀ ਜੀ ਕਿ ਵੀ ਜੇ ਕੋਲ ਹੋਏ ਤਾਂ ਅਸੀਂ ਗੱਲ ਵਕੜੀ ਚ ਨਹੀਂ ਹੈ ਵਾਕਏ ਇਹ ਗੱਲ ਮੈਨੂੰ ਹੋਰ ਵੀ ਦੋ ਤਿੰਨ ਜਿਹੜੇ ਵੀਰ ਹੋਣ ਵਾਸ਼ਿੰਗਟਨ 'ਚ ਮਿਲੇ ਉਹਨਾਂ ਨੇ ਕਿਹਾ ਜੀ ਸੰਨੀ ਦੇ ਵਿੱਚ ਤਾਂ ਰਿਮਾਰਕੇਬਲ ਤਬਦੀਲੀ ਹੋਈ ਹੈ ਜੀ ਮੈਂ ਉਹਨਾਂ ਨੂੰ ਕਿਹਾ ਜੀ ਕੱਲਾ ਉਹੀ ਨਹੀਂ ਜਿਵੇਂ ਹੁਣ ਸ਼ਸ਼ੀਕਾਂਤ ਜਿਸ ਤਰੀਕੇ ਦੇ ਨਾਲ ਪੰਜਾਬ ਦੀਆਂ ਮੰਗਾਂ ਦੇ ਹੱਕ ਪਾਈਗਰ ਬਾਕਸਿੰਗ ਦੇ ਹੱਕ ਚ ਨਿਤਰੇ ਨੇ ਮੈਂ ਸਮਝਦਾ ਹਾਂ ਵੀ ਇਹ ਬੇਟਾ ਸੰਨੀ ਵਰਗੇ ਤੇ ਸ਼ਸ਼ੀਕਾਂਤ ਵਰਗੇ ਇਹ ਸਾਡੇ ਜਿਹੜੇ ਜੇ ਇਸ ਰੂਲ ਮਾਡਲ ਨੂੰ ਫੋਲੋ ਕਰਨ ਸਾਡੇ ਪੰਜਾਬ ਦੇ ਹਿੰਦੂ ਵੀਰ ਭੈਣਾ ਜੀ ਤੇ ਮੇਰਾ ਖਿਆਲ ਹੈ ਕਿ ਵੀ ਸਾਡੀ ਮੰਜ਼ਲ ਵੀ ਜਲਦੀ ਨੇੜੇ ਆ ਸਕਦੀ ਹੈ ਜੀ ਜੀ ਔਰ ਇਸ ਕਿਸਮ ਦੇ ਵਰਤਾਰੇ ਨਾਲ ਜਿਹੜੀ ਪਿਛਲੀ ਨਾ ਕਾਰਗੁਜ਼ਾਰੀ ਹੈ ਬੋਲੀ ਤੋਂ ਮੁਨਕਰ ਹੋਣਾ ਧਰਮ ਯੁੱਧ ਮੋਰਚਾ ਦੇ ਵੀਰੇ ਸਰਕਾਰ ਦੇ ਹੱਕ ਚ ਭੁਗਤਣਾ ਜੋ ਕੁ 84 ਤੋਂ ਬਾਅਦ ਹੋਇਆ ਹੈ ਜੀ ਇਹ ਸਾਰੇ ਕਲੰਖ ਵੀ ਧੋਤੇ ਜਾ ਸਕਦੇ ਨੇ ਸੋ ਵੀਰ ਅਮਰਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਅਸੀਂ ਆਸ ਕਰਦੇ ਹਾਂ ਕਿ ਉਹ ਸਾਨੂੰ ਫੇਰ ਵੀ ਲਿਖਦੇ ਰਹਿਣ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਤੇ ਇਸ ਨਾਲ ਨੇਮ ਬ੍ਰੇਕ ਵੀਰ ਤੁਸੀਂ ਸਰ ਦਾ ਇਸ ਤਰ੍ਹਾਂ ਜੁੜੇ ਰਹਿਦੇ ਹਾਂ ਛੋਟੇ ਵਕਫੇ ਤੋਂ ਬਾਅਦ